ਕਿਵੇਂ ਲੱਗਾ ਕੱਲ ਦਾ ਦਿਨ ਤੁਸੀਂ ਤੇ ਇੱਕ ਨਾਰਾ ਲਾ ਕੇ ਭੱਜ ਜਾਏ ਇਹ ਤੇ ਉਹ ਲੋਕ ਅੰਦਰ ਬੈਠੇ ਸੀ ਜਿਨ੍ਹਾਂ ਨੂੰ ਨਾ ਸਦਨ ਦੀ ਮਰਿਆਦਾ ਪਤਾ ਨਾ ਉਹਦੀ ਪਵਿੱਤਰਤਾ ਦਾ ਪਤਾ ਇਹ ਉਹ ਝੂਠੇ ਲੋਕ ਨੇ ਇਹ ਉਹ ਫਰੇਬੀ ਲੋਕ ਨੇ ਇਹ ਕਹਿੰਦੇ ਨੇ ਕਿ ਬੀਜੇਪੀ ਕੇਜਰੀਵਾਲ ਕੋਲ ਡਰ ਗਈ ਕੱਲ ਇਹਨਾਂ ਨੇ ਸਿੱਧ ਕਰਤਾ ਕਿ ਬੀਜੇਪੀ ਨਹੀਂ ਡਰੀ ਹੋਈ ਇਹ ਬੀਜੇਪੀ ਦੇ ਦੋ MLA ਕੋਲੋਂ 92 MLA ਡਰ ਗਏ ਹਿਮਾਚਲ ਤੋਂ ਤਾਂ ਧੀਰੇ ਧੀਰੇ ਬਿਸਤਰਾ ਸਮੇਟ ਲਿਆ ਇਹਨਾਂ ਨੇ ਹੁਣ ਗੁਜਰਾਤ ਤੋਂ ਵੀ ਵਾਪਸ ਆ ਜਾਣਾ ਕੁਛ ਨਹੀਂ ਮਿਲਣ ਵਾਲਾ ਇਹ ਕੱਟਰ ਇਮਾਨਦਾਰ ਕੱਟਰ ਬੇਈਮਾਨ ਕੱਟਰ ਭ੍ਰਿਸ਼ਟ ਸਾਬਿਤ ਹੋ ਰਹੇ ਨੇ ਇਹਨਾਂ 'ਚ ਹਿੰਮਤ ਨਹੀਂ ਹੈ ਕਿ ਸਾਡੀਆਂ ਗੱਲਾਂ ਦਾ ਜਵਾਬ ਦੇ ਦੇਣ ਔਰ ਇਤਨੀ ਮਤਲਬ ਮਰਿਆਦਾ ਨਹੀਂ ਹੈ ਤੂੰ ਤੂੰ ਕਰਕੇ ਤਾਂ ਗੱਲਾਂ ਕਰਦੇ ਨੇ ਯਾਰ ਕੇਜਰੀਵਾਲ ਕੇਜਰੀਵਾਲ ਨਾਰਾਜ਼ ਹੋ ਜਾਏਗਾ ਰਿਕਾਰਡ 'ਚ ਆਉਣਾ ਕਿ ਮਾਨ ਸਰਕਾਰ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਂ ਦੇ ਨਾਂ ਦਾ ਨਾਮਕਰਨ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਉਹਦੀ ਘੋਸ਼ਣਾ ਕੀਤੀ ਉਹਦਾ ਧੰਨਵਾਦ ਜਿਹੜਾ ਮਾਨ ਦੀ ਸਰਕਾਰ ਨੇ ਕੀਤਾ ਓਏ ਵਿਚਾਰਿਆਂ ਦੀ ਤੇ ਜੇ ਤੇ ਫਿਰ ਜਾਣੀ ਆਕਾ ਵੱਡਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਆਕਾ ਵੱਡਾ ਇਹਨਾਂ ਦੀ ਨਜ਼ਰ 'ਚ ਨੇ ਤੇ ਕੱਲ੍ਹ ਉਸ ਪਵਿੱਤਰ ਸਦਨ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਉਮੀਦ ਹੈ 3 ਤਰੀਕ ਤੱਕ ਸ਼ਾਇਦ ਸਰਕਾਰ ਇਹ ਲੈਵੇ ਪ੍ਰਸਤਾਵ ਲੈਵੇ ਉਹ ਨਾ ਜੀ ਨਹੀਂ 3 ਤੱਕ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੇ ਇੱਕ ਡਰਾਮਾ ਕਰਨਾ ਕਿਹਨੇ ਕਿਹਾ ਕਿ ਤੁਸੀਂ ਮੋਹਰ ਲਗਵਾਓ ਕਿ ਸਾਡੇ ਕੋਲ 92 MLA ਪੂਰੇ ਆ ਕਿਆ ਕਹਿੰਦੇ ਨੁਕਸਾਨ ਕਿਹਦਾ ਹੋ ਗਿਆ ਨੁਕਸਾਨ ਪੰਜਾਬ ਦੇ ਜਨਤਾ ਉਹ ਬੀਜੇਪੀ ਕੋਲ ਨੋਟ ਨਹੀਂ ਹੈਗੇ ਜਿਹੜੇ ਸਾਡੇ ਬੰਦੇ ਖਰੀਦੇ ਪਹਿਲਾਂ 25 ਕਰੋੜ ਤੇ 100 ਕਰੋੜ ਰੁਪਈਆ ਤੇ ਬੀਜੇਪੀ ਨੇ ਆਫਰ ਲਾਤੀ ਹੈਗੀ ਇੱਕ 25 ਕਹੀ ਜਾਂਦਾ ਇੱਕ ਕੱਲ ਰਾਤੀ 100 ਕਹੀ ਜਾਂਦਾ ਪਿਆ ਫੁੱਫੜ ਨੇ ਵੇਲ ਕਰਾਈ ਮਾਸੜ ਨੇ ਵੀ ਗਈ ਇਹਦੇ 'ਚ ਫੁੱਫੜ ਤੇ ਮਾਸੜ ਕਿਹੜਾ ਹੈਗਾ ਕੇਜਰੀਵਾਲ ਹੀ ਹੈ ਸਾਰਾ ਕੁਛ ਤੇ ਰਾਘਵ ਚੱਡਾ ਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਕਾਨੂੰਨੀ ਤੌਰ 'ਤੇ ਦੇ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਦੱਸਣਾ ਸੀ ਕਿ ਸਾਨੂੰ ਕੋਈ ਤੋੜ ਨਹੀਂ ਸਕਦਾ ਨਾ ਸਾਨੂੰ ਕੋਈ ਖਰੀਦ ਸਕਦਾ ਹੈਗਾ ਅਤੇ ਪਤਾ ਨਹੀਂ ਓਪੋਜੀਸ਼ਨ ਨੂੰ ਕਿਉਂ ਪ੍ਰੋਬਲਮਸ ਹੈਗੀ ਆ ਅਤੇ ਕਾਂਗਰਸ ਨੂੰ ਵੀ ਉਹਨਾਂ ਨੇ BJP ਦੀ ਬੀ ਟੀਮ ਦੱਸ ਦਿੱਤਾ ਗਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਬਿਜ਼ਨਸ ਐਡਵਾਈਜ਼ਰੀ ਕਮੇਟੀ 'ਚ ਸ਼ਾਮਿਲ ਵੀ ਨਹੀਂ ਕੀਤਾ ਅਤੇ ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਸੂਬਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਜੀ ਸ਼ਰਮਾ ਜੀ ਕਿਵੇਂ ਲੱਗਾ ਕੱਲ੍ਹ ਦਾ ਦਿਨ ਤੁਸੀਂ ਤਾਂ ਇੱਕ ਨਾਰਾ ਲਾ ਕੇ ਭੱਜ ਆਏ ਐਸਾ ਕਿ ਵਿਰੋਧ ਕਰਨ ਦੇ ਲਈ ਸ਼ਿਸ਼ਟਾਚਾਰ ਜ਼ਰੂਰੀ ਰਹਿੰਦਾ ਜੀ ਆਪਣੀ ਗੱਲ ਕਹਿਣ ਤੋਂ ਬਾਅਦ ਜਦੋਂ ਉਹਦਾ ਜਵਾਬ ਨਹੀਂ ਮਿਲੇਗਾ ਤਾਂ ਸਾਡੇ ਕੋਲ ਲੋਕਤੰਤਰ ਦੇ ਅੰਦਰ ਅਧਿਕਾਰ ਹੈ ਕਿ ਅਸੀਂ ਉਸ ਸਭਾ ਦਾ ਹਿੱਸਾ ਨਾ ਬਣੀਏ ਜਿੱਥੇ ਲੋਕਤੰਤਰ ਤਾਰ ਤਾਰ ਹੋ ਰਿਹਾ ਹੈ ਜਿੱਥੇ ਮਰਿਆਦਾ ਟੁੱਟੀਆਂ ਜਾ ਰਹੀਆਂ ਹਨ ਇਹ ਤਾਂ ਉਹ ਲੋਕ ਅੰਦਰ ਬੈਠੇ ਸੀ ਜਿਨ੍ਹਾਂ ਨੂੰ ਨਾ ਸਦਨ ਦੀ ਮਰਿਆਦਾ ਪਤਾ ਨਾ ਉਹਦੀ ਪਵਿੱਤਰਤਾ ਦਾ ਪਤਾ ਇਹ ਉਹ ਝੂਠੇ ਲੋਕ ਨੇ ਇਹ ਉਹ ਫਰੇਬੀ ਲੋਕ ਨੇ ਕਿ ਰਾਜੇਪਾਲ ਸਾਹਿਬ ਨੇ ਜਦੋਂ ਇਹਨਾਂ ਕੋਲੋਂ ਬਿਜ਼ਨਸ ਮੰਗਿਆ ਉਹਦੇ ਅੰਦਰ ਇਹਨਾਂ ਨੇ 3 ਮੁੱਦੇ ਉਹਨਾਂ ਨੂੰ ਭੇਜੇ ਬਿਜਲੀ GST ਔਰ ਪਰਾਲੀ ਲੇਕਿਨ ਕੱਲ੍ਹ ਉੱਥੇ ਜੋ ਕੁਛ ਇਹਨਾਂ ਨੇ ਕੀਤਾ ਡਰਾਮਾ ਕਿਆ ਲੋਕਤੰਤਰ ਨੂੰ ਸਿੱਕੇ 'ਤੇ ਨਹੀਂ ਰੱਖਿਆ ਕਿਆ ਸੰਵਿਧਾਨਿਕ ਪਦ 'ਤੇ ਬੈਠੇ ਰਾਜੇਪਾਲ ਦੇ ਨਾਲ ਚੀਟਿੰਗ ਨਹੀਂ ਕੀਤੀ ਉਹਨਾਂ ਨੂੰ ਧੋਖਾ ਨਹੀਂ ਦਿੱਤਾ ਐਸੀ ਸਭਾ ਦਾ ਹਿੱਸਾ BJP ਕਿਉਂ ਬਣੇਗੀ ਜਿੱਥੇ ਸੰਵਿਧਾਨ ਦੀਆਂ ਮਰਿਆਦਾਵਾਂ ਹੋਣ ਔਰ ਦੂਸਰਾ ਇਹ ਕਹਿੰਦੇ ਨੇ ਕਿ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਇਹ ਕਹਿੰਦੇ ਨੇ ਕਿ BJP ਕੇਜਰੀਵਾਲ ਕੋਲੋਂ ਡਰ ਗਈ ਕੱਲ੍ਹ ਇਹਨਾਂ ਨੇ ਸਿੱਧ ਕਰਤਾ ਕਿ BJP ਨਹੀਂ ਡਰੀ ਹੋਈ ਇਹ BJP ਦੇ ਦੋ MLA ਕੋਲੋਂ 92 MLA ਡਰ ਗਏ ਇਸ ਕਰਕੇ ਬਿਜ਼ਨਸ ਐਡਵਾਈਜ਼ਰੀ ਕਮੇਟੀ 'ਚ BJP ਨੂੰ ਸਥਾਨ ਨਹੀਂ ਦਿੱਤਾ ਔਰ ਕੱਲ੍ਹ ਜਿਹੜੇ ਦੋ ਮੁੱਦੇ BJP ਨੇ ਰੱਖੇ ਜੀ ਪਹਿਲਾ ਸਵਾਲ ਇਹ ਪੁੱਛਿਆ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦਾ ਹਿੱਸਾ ਸਾਨੂੰ ਕਿਉਂ ਨਹੀਂ ਬਣਾਇਆ ਦੂਜਾ ਇਹ ਕਿਹਾ ਕਿ ਤੁਸੀਂ ਮਾਨ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਚੰਡੀਗੜ੍ਹ ਦੇ ਹਵਾਈ ਅੱਡੇ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ 'ਤੇ ਦੀ ਕਰਨ 'ਤੇ ਘੋਸ਼ਣਾ ਕੀਤੀ ਹੈ ਤੁਸੀਂ ਕਹਿੰਦੇ ਹੋ ਜੀ ਕਿ ਮੇਰਾ ਬੜਾ ਪ੍ਰਯਾਸ ਹੈ ਅਤੇ ਫਿਰ ਅੱਜ ਇੱਦਾਂ ਕਰੋ ਆਓ ਮਿਲ ਕੇ ਇਸ ਸਦਨ ਦੇ ਅੰਦਰ ਇੱਕ ਪ੍ਰਸਤਾਵ ਲਾਓ ਕਿ ਪ੍ਰਧਾਨ ਮੰਤਰੀ ਦਾ ਧੰਨਵਾਦ ਕਰੋ ਕਿ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਚੰਡੀਗੜ੍ਹ ਏਅਰਪੋਰਟ ਦਾ ਨਾਂ ਰੱਖਿਆ ਕੀ ਗਲਤ ਕਹਿ ਰਿਹਾ ਸੀ ਮੈਂ ਅੱਜ ਫੰਕਸ਼ਨ ਦਾ ਹਿੱਸਾ ਬਣੇ ਤੁਸੀਂ ਦੇਖ ਕੇ ਆਏ ਉੱਥੇ ਤਾਂ ਪ੍ਰਧਾਨ ਮੰਤਰੀ ਜੀ ਨੂੰ ਧੰਨਵਾਦ ਦੇ ਰਹੇ ਸੀ ਠੀਕ ਹੈ ਕਹਿ ਰਹੇ ਸੀ ਮੈਂ ਵੀ ਲਿਖਿਆ ਹਰਿਆਣਾ ਨੇ ਵੀ ਲਿਖਿਆ ਉਹ ਇੱਕ ਮਰਿਆਦਾ ਰਹਿੰਦੀ ਹੈ ਜਿਹੜੀ ਗੱਲ ਬਾਲ ਬੋਲ ਰਹੇ ਨੇ ਉਹ ਪਵਿੱਤਰ ਸਦਨ 'ਚ ਕਿਉਂ ਨਹੀਂ ਜੇ ਉੱਥੇ ਧੰਨਵਾਦ ਕਰ ਰਹੇ ਹੋ ਇੱਥੇ ਧੰਨਵਾਦ ਪ੍ਰਸਤਾਵ ਕਿਉਂ ਨਹੀਂ ਇੱਥੇ ਸਰਕਾਰ ਨੂੰ ਕੀ ਨੁਕਸਾਨ ਹੋ ਜੂਗਾ ਜੇ ਇੱਥੇ ਬੋਲਦੇ ਨੁਕਸਾਨ ਹੁੰਦਾ ਸਰਕਾਰ ਕੇਜਰੀਵਾਲ ਨਾਰਾਜ਼ ਹੋ ਜਾਏਗਾ ਰਿਕਾਰਡ 'ਚ ਆਉਣਾ ਕਿ ਮਾਨ ਸਰਕਾਰ ਨੇ
शहीद आजम भगत सिंह जी के नाम का नामकरण जदों देश के प्रधानमंत्री जी ने किया घोषणा की धन्यवाद जिहड़ा मान दी सरकार ने किया बेचारियां दी ते जिहदी फिर जानी है आका नाराज हो जाना लेकिन दोहरा चरित्रण आका वड्डा कि शहीद आजम सरदार भगत सिंह दा जवाब तो भगत मैनू लगता कि आका वड्डा इन्हां दी नज़र चने ते कल उस पवित्र सदन के उत्ते देश के प्रधानमंत्री का धन्यवाद करते उम्मीद है 3 तरीक तक शायद सरकार ही लैवे प्रस्ताव लैवे और ना जी नहीं 3 तक इन्होंने कुछ नहीं करना इन्होंने एक ड्रामा करना है इन्हों का नज़र कित हो रहा निशाना कित हो रहा और जिस तरीके ये कहते हैं कि जी किन क्या कि तुम मोहर लगवाओ कि साढ़े को 92 MLA पूरे है क्या कहने किने अविश्वास प्रकट किया कि इनू शक पिया राज्यपाल नू लगा कि यह बहुमत नहीं है और भाई क्यों लोगों का पैसा बर्बाद किया केजरीवाल नू बुलांदे नाल गब्बे आपे खड़े हो जाते 92 नू नाल खड़ा करते एक फ्रेम खिंचते मीडिया नू बुलांदे देखो जी 92 दे 92 असी इकट्ठे गवर्नर साहब 3 जणे दे कहन ते चलदे ने अश्विनी शर्मा जी प्रताप सिंह बाजवा सुखपाल सिंह खहरा यही तो इन्हां दी मानसिकता है सत्ता च कितने मदहोश ने ये मदहोश ने सत्ता च अहंकार किन्ना बोल रहा कि इन्होंने संवैधानिक पदों पर बैठे हुए व्यक्ति दे बारे टिप्पणी करन च भी ये कोई गुरेज नहीं करते और ये इस सदन का प्रयोग धन्यवाद प्रस्ताव लिए नहीं कर सकते लेकिन भ्रम फैलाने लिए कर सकते हैं झूठ बोलने लिए कर सकते हैं पंजाब यूनिवर्सिटी के मत लैके पिछले 70 दे अंदर इन्होंने मता लिया उस चो कोई सच्चाई निकली क्या इस ये हम सैशन लगा ये बड़े लोकतांत्रिक तरीके चलने वाले लोग है लियाना माफ़ी मता कि नहीं जी साडा जिहड़ा मैं उदों कहा सी तुहानू कोई चिट्ठी आई कोई पत्र आया कोई टैलीफोन आया जवाब नहीं सी लेकिन इन्होंने मता पास करता संख्या बल का लाभ उठा के अज वह झूठ साबित होया भ्रम साबित होया जो BJP कह रही थी वो सच निकलिया तो ये हुण माफ़ी ਦਾ ਮਤਾ ਲੈ ਕੇ ਆਣ ਕੇ ਅਸੀਂ ਮਾਫ਼ੀ ਮੰਗਦੇ ਹਾਂ ਕਿ ਅਸੀਂ ਗਲਤ ਓਪੋਜੀਸ਼ਨ ਪਾਰਟੀ ਚਾਹੇ ਤੁਸੀਂ ਚਾਹੇ ਸ਼੍ਰੋਮਣੀ ਅਕਾਲੀ ਦਲ 'ਚ ਕਾਂਗਰਸ ਪਾਰਟੀ ਸਰਕਾਰ ਨੂੰ ਰੋਕਦੀ ਲਈ ਕਿ ਤੁਸੀਂ ਕੰਫੀਡੈਂਸ਼ੀਅਲ ਮੋਸ਼ਨ ਲੈ ਕੇ ਨਹੀਂ ਆ ਸਕਦੇ ਕਾਨੂੰਨ ਦੇ ਖਿਲਾਫ਼ ਸਰਕਾਰ ਫਿਰ ਵੀ ਲਈ ਅਤੇ ਸਰਕਾਰ ਦਾ ਕਰ ਕੀ ਲਿਆ ਤੁਸੀਂ ਜੀ ਨੁਕਸਾਨ ਕਿਹਦਾ ਹੋ ਗਿਆ ਨੁਕਸਾਨ ਪੰਜਾਬ ਦੇ ਜਨਤਾ ਦਾ ਪੰਜਾਬ ਦੇ ਜਿਹੜੇ ਮੁੱਦੇ ਇਸ ਵੇਲੇ ਸੀ ਕਾਨੂੰਨ ਵਿਵਸਥਾ ਗੈਂਗਸਟਰ ਦੰਦਰ ਆ ਰਹੇ ਨੇ ਨਸ਼ੇ ਨਾਲ ਜਵਾਨੀ ਗਰਕ ਹੋ ਰਹੀ ਹੈ ਮੁਲਾਜ਼ਮ ਲਾਠੀਆਂ ਖਾ ਰਹੇ ਨੇ ਕਿਸਾਨਾਂ ਦੀ ਫਸਲ ਬੇਮੌਸਮੀ ਬਰਸਾਤ ਨੇ ਖਰਾਬ ਕੀਤੀ ਹੈ ਉਹਦੀ ਇਹਨਾਂ ਨੂੰ ਚਿੰਤਾ ਨਹੀਂ ਹੈ ਰੇਤਾ ਬਜਰੀ ਮਿਲ ਨਹੀਂ ਰਿਹਾ 15 ਲੱਖ ਮਜ਼ਦੂਰ ਵਿਹਲਾ ਹੋ ਕੇ ਬੈਠਾ ਇਹ ਨੁਕਸਾਨ ਪੰਜਾਬ ਦੀ ਜਨਤਾ ਦਾ ਕੀਤਾ ਇਸ ਸਰਕਾਰ ਨੇ ਉਹ ਤਾਂ ਕਹਿੰਦੇ BJP ਖਰੀਦ ਰਹੀ ਹੈ ਬਹੁਤ ਉਹਨਾਂ ਦੇ ਐਗਜ਼ਾਮਪਲਾਂ ਪਹਿਲਾਂ ਵੀ ਦਿੰਦੇ ਨੇ ਉਹ ਕੱਲ੍ਹ ਵੀ ਉਹਨਾਂ ਦਿੱਤੀਆਂ ਹੈਗੀਆਂ ਕਿ ਸਾਡੇ ਬੰਦੇ ਨਹੀਂ ਵਿਕਦੇ BJP ਜੋ ਕਹਿੰਦੇ ਉਹਦੇ ਨੋਟ ਨਹੀਂ ਬਣੇ ਉਹ BJP ਕੋਲ ਨੋਟ ਨਹੀਂ ਹੈਗੇ ਜਿਹੜੇ ਸਾਡੇ ਬੰਦੇ ਖਰੀਦੇ ਪਹਿਲਾਂ 25 ਕਰੋੜ ਅਤੇ 100 ਕਰੋੜ ਰੁਪਈਆ ਤਾਂ BJP ਨੇ ਔਫਰ ਲਾਤੀ ਹੈਗੀ ਇਹਨਾਂ ਦਾ ਹਾਲ ਆ ਪੰਡਾਂ ਦਾ ਕਿਹਦੇ ਘਰ ਵਿਆਹ ਹੁੰਦਾ ਨਾ ਪੰਡ ਜਾਂਦਾ ਅਤੇ ਉਹਨਾਂ ਇੱਕ ਆਪਣੇ ਸਾਥੀ ਇੱਕ ਨਾਲ ਹੁੰਦਾ ਉਹਦੇ ਮਾਰੀ ਜਾਂਦਾ ਉਹ ਪੰਡਾ ਉਹ ਦੇਖ ਉਹ ਮਾਸੜ 5 ਰੁਪਏ ਦੀ ਬੇਲ ਕੱਢ ਰਿਹਾ ਕਹਿੰਦਾ ਨਹੀਂ 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 ਉਹ ਫੁੱਪੜ ਨੇ 10 ਰੁਪਏ ਦਾ ਹੱਥ ਪਾ ਲਿਆ ਇਹਨਾਂ ਦਾ ਆਪੇ ਨਹੀਂ ਪਤਾ ਲੱਗਦਾ ਕਿ ਇਹ ਕੀ ਬੋਲ ਰਹੇ ਨੇ ਇੱਕ 25 ਕਹੀ ਜਾਂਦਾ ਇੱਕ ਕੱਲ੍ਹ ਰਾਤੀ 100 ਕਹੀ ਜਾਂਦਾ ਪਿਆ ਕਿ 100 ਕਰੋੜ ਰੁਪਇਆ ਜੀ ਮੈਨੂੰ ਆਫਰ ਆਈ ਜੀ ਇਹ ਸਿਰਫ ਕੋਰਾ ਡਰਾਮਾ ਸਰਕਾਰ ਇਹਨਾਂ ਦੀ ਪੁਲਿਸ ਇਹਨਾਂ ਦੀ FIR ਇਹਨਾਂ ਨੇ ਕਰਾਈ ਹੁਣ ਤੱਕ ਕਿਉਂ ਨਹੀਂ ਜਨਤਕ ਹੋ ਰਿਹਾ ਕੰਮ ਕਿਉਂ ਨਹੀਂ ਹੋ ਰਿਹਾ ਇਹ ਜਿਹੜੀ ਤੁਸੀਂ ਗੱਲਾਂ ਕਰਦੇ ਕਿ ਫੁੱਫੜ ਨੇ ਵੇਲ ਕਰਾਈ ਮਾਸੜ ਨੇ ਵੇਲ ਕਰਾਈ ਇਹ ਇਹਦੇ 'ਚ ਫੁੱਫੜ ਅਤੇ ਮਾਸੜ ਕਿਹੜਾ ਹੈਗਾ ਕਿ ਕੇਜਰੀਵਾਲ ਹੀ ਹੈ ਸਾਰਾ ਕੁਛ ਅਤੇ ਰਾਘਵ ਚੱਡਾ ਹੀ ਹੈ ਇਹ ਹੁਣ ਦੇਖੋ ਨਾ 25 ਤੋਂ 100 ਹੋ ਗਿਆ ਲਿਸਟ ਆਈ ਹੈ ਨਾ ਕੋਈ ਕਿ ਹੁਣ ਵੀ 25 ਨਾਲ ਨਹੀਂ ਗੱਲ ਬਣ ਰਹੀ 100 ਬੋਲੋ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਾ ਗਨੋਣਾ ਚਿਹਰਾ ਕਿ ਰਾਜਨੀਤੀ ਇਤਨੀ ਗੰਦੇ ਸਤਰ ਨਾਲ ਇਹ ਕਰਦੇ ਨੇ ਉਹ ਨੰਗਾ ਹੋ ਗਿਆ ਉਹ ਕਹਿੰਦੇ BJP ਜਰ ਨਹੀਂ ਰਹੀ ਹੈਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਪੂਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਚੜ੍ਹਤ ਆ ਅਸੀਂ ਹਿਮਾਚਲ ਤੋਂ ਵੀ ਜਲਸੀ ਕਰਕੇ ਬੈਠੇ ਨੇ ਗੁਜਰਾਤ 'ਚ ਵੀ BJP ਦੇ ਪੈਰ ਨਹੀਂ ਲੱਗ ਰਹੇ ਸਿਰਫ ਕੇਜਰੀਵਾਲ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸਾਡੇ ਵਿਧਾਇਕ ਖਰੀਦੇ ਜਾ ਰਹੇ ਨੇ ਕਹਿੰਦੇ ਕਾਂਗਰਸ ਦੇ ਵਿਧਾਇਕ ਤਾਂ ਖਰੀਦ ਲਓ ਸਾਡੇ ਨੇ ਵਿਕਣੇ ਗੱਲ ਹੈ ਕਿ ਇਹ ਕੱਟਰ ਇਮਾਨਦਾਰ ਕੱਟਰ ਬੇਈਮਾਨ ਕੱਟਰ ਭ੍ਰਿਸ਼ਟ ਸਾਬਿਤ ਹੋ ਰਹੇ ਨੇ ਦਿੱਲੀ ਦੇ ਅੰਦਰ ਇਹਨਾਂ ਦਾ ਹੈਲਥ ਮਿਨਿਸਟਰ 3 ਮਹੀਨੇ ਹੋ ਗਿਆ ਬਾਹਰ ਨਹੀਂ ਨਿਕਲ ਰਿਹਾ ਅੱਜ ਉਹਦਾ ਨਾਂ ਨਹੀਂ ਲੈਂਦੇ ਕਹਿੰਦੇ ਸਤਿੰਦਰ ਜੈਨ ਬੜਾ ਇਮਾਨਦਾਰ ਆ ਜੀ ਮੈਂ ਉਸ ਕੋ ਵਿਅਕਤੀਗਤ ਰੂਪ 'ਤੇ ਜਾਣਦਾ ਹੂੰ ਹੁਣ ਕਿਉਂ ਨਹੀਂ ਬੋਲਦੇ
ਇਹ ਨਜੂਮੀ ਦਿਹਾਣੀ ਹੁਣ ਰਾਤੀ ਇੱਕ ਜਣਾ ਬੜੋਇਆ ਮੇਰੇ ਘਰ ਕਹਿਣ ਲੱਗੇ ਜੀ ਹੁਣ ਇਹ ਸਿਸੋਦੀਆ ਦਾ ਨਾਂ ਬੁਲਾਉਣਗੇ ਉਹਦੇ ਕੋਲੋਂ। ਕਦੀ ਕਿਸੇ ਨੇ ਦੇਖਿਆ ਕੋਈ ਇਨਕੁਆਇਰੀ ਚੱਲ ਰਹੀ ਹੋਏ ਸੀ ਬੀ ਆਈ ਨੇ ਮਾਰੀ ਹੋਏ ਜਾਂ ਈਡੀ ਨੇ ਮਾਰੀ ਹੋਏ ਅਤੇ ਜਿਹਦੇ ਇਨਕੁਆਇਰੀ ਆਏ ਉਹੀ ਬਾਗ ਆ ਕੇ ਬੋਲੇ ਮੈਂ ਇਮਾਨਦਾਰ ਹਾਂ ਮੈਨੂੰ ਕੋਲੋਂ ਕੁਛ ਨਹੀਂ ਮਿਲਿਆ ਮੇਰੇ ਕੋਲੋਂ ਕੁਛ ਨਹੀਂ ਮਿਲਿਆ। ਕਿਆ ਜਿਹੜੀਆਂ ਏਜੰਸੀਆਂ ਇਨਕੁਆਇਰੀ ਕਰਕੇ ਆ ਰਹੀਆਂ ਉਹਨਾਂ ਨੇ ਸਰਟੀਫਿਕੇਟ ਦਿੱਤਾ? ਇਹ ਬੇਈਮਾਨ ਲੋਕ ਐਕਸਾਈਜ਼ ਪਾਲਿਸੀ 'ਚ ਜੋ ਕੁਛ ਇਹਨਾਂ ਨੇ ਕੀਤਾ ਉਹਨੂੰ ਛੁਪਾਉਣ ਦੇ ਲਈ ਇਹ ਸਾਰਾ ਖੇਲ ਰਚ ਰਹੇ ਨੇ, ਲੇਕਿਨ ਜਨਤਾ ਇਹਨਾਂ ਨੂੰ ਸਮਝ ਚੁੱਕੀ ਆ ਇਹਨਾਂ ਦੇ ਪੱਲੇ ਕੁਛ ਨਹੀਂ ਲੱਗਣਾ, ਗੁਜਰਾਤ 'ਚ ਵੀ ਨਹੀਂ ਲੱਗਣਾ, ਹਿਮਾਚਲ 'ਚ ਵੀ ਨਹੀਂ ਲੱਗਣਾ। ਹਿਮਾਚਲ ਤੋਂ ਤਾਂ ਧੀਰੇ ਧੀਰੇ ਬਿਸਤਰਾ ਸਮੇਟ ਲਿਆ ਇਹਨਾਂ ਨੇ, ਹੁਣ ਗੁਜਰਾਤ ਤੋਂ ਵੀ ਵਾਪਸ ਆ ਜਾਣਾ, ਕੁਛ ਨਹੀਂ ਮਿਲਣ ਵਾਲਾ ਇਹਨਾਂ ਨੂੰ। ਕਾਂਗਰਸ ਮਿਲ ਗਈ ਹੈਗੀ ਹੈ ਹਿਮਾਚਲ 'ਚ ਵੀ, ਬੀਜੇਪੀ ਨਾਲ ਗੁਜਰਾਤ ਦੇ ਵਿੱਚ ਵੀ, ਇਸ ਕਰਕੇ ਸਾਨੂੰ ਮਤਲਬ ਸੀਟਾਂ ਨਾਲ ਮਿਲੇ ਹੈਗੇ, ਮਿਲ ਕੇ ਖੇਡਦੇ ਨੇ। ਵਿਪਕਸ਼ ਦੀ ਕੋਈ ਪਾਰਟੀ ਇਹਨਾਂ ਦੀਆਂ ਇਹਨਾਂ ਨੂੰ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਦੀ ਇਜਾਜ਼ਤ ਦੇਵੇ, ਮਹਾਮਹਿਮ ਰਾਜੇਪਾਲ ਜੀ ਨੂੰ ਧੋਖਾ ਦੇਣ ਦੀ ਇਜਾਜ਼ਤ ਦੇਵੇ, ਲੋਕਤੰਤਰ ਨੂੰ ਤਾਲ ਤਾਰ ਕਰਨ ਦੀ ਇਜਾਜ਼ਤ ਦੇਵੇ, ਇਹਨਾਂ ਦੀ ਹਾਂ 'ਚ ਹਾਂ ਮਿਲਾਏ ਅਤੇ ਫਿਰ ਉਹ ਨਾਲ ਨਹੀਂ ਮਿਲੇਗਾ। ਲੇਕਿਨ ਅਗਰ ਉਹ ਸੰਵਿਧਾਨ ਦੀ ਗੱਲ ਕਰੇ, ਲੋਕਤੰਤਰ ਦੀ ਗੱਲ ਕਰੇ, ਸਦਨ ਦੀਆਂ ਮਰਿਆਦਾਵਾਂ ਦੀ ਗੱਲ ਕਰੇ ਤਾਂ ਉਹ ਮਿਲ ਗਿਆ। ਇਹ ਜਿਹੜੀਆਂ ਛੋਟੀਆਂ ਗੱਲਾਂ ਕਰਨਾ ਬੰਦ ਕਰਨ, ਜਵਾਬ ਦੇਣ ਲੋਕਾਂ ਨੂੰ। ਸ਼ਰਮਾ ਜੀ ਤੁਹਾਨੂੰ ਕਾਫੀ ਤਜਰਬਾ, ਦੂਜੀ ਵਾਰ ਵਿਧਾਇਕ ਬਣੇ, ਜੇ ਤੁਹਾਨੂੰ ਲੱਗਦਾ ਕਿ ਪਹਿਲਾਂ ਵੀ ਰਿਕਾਰਡ ਦੇ ਵਿੱਚ ਹੈ ਕਿ ਕਿਸੇ ਪਾਰਟੀ ਨੂੰ ਬਿਜ਼ਨਸ ਐਡਵਾਈਜ਼ਰੀ ਕਮੇਟੀ 'ਚ ਸ਼ਾਮਿਲ ਨਾ ਕੀਤਾ ਹੋਵੇ ਜੀ? ਮੇਰੇ ਕੋਲ ਦੇਖੋ ਅਸੀਂ ਦੋ ਜਣੇ ਆ, ਇੱਕ ਪਾਰਟੀ ਦਾ MLA ਇੱਕ ਆ, ਉਹਨੂੰ ਪਾਇਆ ਸਾਨੂੰ ਇਹਨਾਂ ਨੇ ਕੱਢਿਆ, ਪਿਛਲੀ ਵਾਰੀ ਪਾਇਆ ਦਾ ਸੀ। ਹੁਣ ਇਹਦੇ ਤੋਂ ਹੀ ਲੱਗਦਾ ਕਿ ਇਹ ਦੋ ਬੰਦਿਆਂ ਕੋਲੋਂ ਕਿੰਨੀ ਡਰੀ ਹੋਈ ਹੈ ਸਰਕਾਰ। ਔਰ ਮੈਂ ਤੁਹਾਨੂੰ ਯਕੀਨ ਦਿਲਾਉਣਾ ਇਹਨਾਂ 'ਚ ਹਿੰਮਤ ਨਹੀਂ ਆ ਕਿ ਸਾਡੀਆਂ ਗੱਲਾਂ ਦਾ ਜਵਾਬ ਦੇ ਦੇਣ। ਪਿਛਲੀ ਵਾਰ ਵੀ ਜਦੋਂ ਇਹ ਮਤਾ ਲੈ ਕੇ ਆਏ ਸੀ ਪੰਜਾਬ ਦੀ ਯੂਨੀਵਰਸਿਟੀ ਦੇ ਮਾਮਲੇ 'ਚ, ਉਦੋਂ ਵੀ ਇਹ ਜਵਾਬ ਨਹੀਂ ਦੇ ਪਾਏ ਸੀ, ਉਦੋਂ ਵੀ ਰੌਲਾ ਪਵਾਇਆ ਸੀ ਇਹਨਾਂ ਨੇ। ਔਰ ਇਤਨੀ ਮਤਲਬ ਮਰਿਆਦਾ ਨਹੀਂ ਹੈ, ਤੂੰ ਤੂੰ ਕਰਕੇ ਤਾਂ ਗੱਲਾਂ ਕਰਦੇ ਨੇ ਯਾਰ। ਉਸ ਪਵਿੱਤਰ ਸਦਨ ਕਿੱਦਾਂ ਚੱਲਣਾ ਚਾਹੀਦਾ ਸੀ, ਪਹਿਲਾਂ ਵੀ ਉਹਦੇ ਮੈਂਬਰ ਰਹੇ ਹਾਂ, ਅਸੀਂ ਸਰਕਾਰ ਦਾ ਵੀ ਹਿੱਸਾ ਸੀ ਉਸ ਵੇਲੇ, ਉਸ ਵੇਲੇ ਕੋਈ ਮਰਿਆਦਾ ਰਹਿੰਦੀਆਂ ਸੀ, ਡਿਬੇਟ ਹੁੰਦੀ ਸੀ। ਔਰ ਇਹਨਾਂ ਨੂੰ ਤਾਂ ਸਰਕਾਰ ਚਲਾਉਣਾ ਹੀ ਨਹੀਂ ਆ ਰਹੀ, ਸਾਲ ਦੇ ਸਰਕਾਰ ਦਾ ਕੋਈ ਤੌਰ ਤਰੀਕਾ ਹੀ ਨਹੀਂ ਹੈ। ਸਰ ਜਿਹੜੇ ਸੱਤਾ 'ਚ ਹੁੰਦੇ ਨਾ, ਜਿਹਨਾਂ ਬ੍ਰਿਕਸ਼ਾਂ ਨੂੰ ਲੋਕ ਕਹਿੰਦੇ ਫਲ ਲੱਗੇ ਹੁੰਦੇ, ਨੀਵੇਂ ਹੁੰਦੇ ਨੇ, ਉਹ ਵਿਪਕਸ਼ ਨੂੰ ਸੁਣਦੇ ਨੇ, ਸੁਣਨ ਦੀ ਹਿੰਮਤ ਹੁੰਦੀ ਉਹਨਾਂ 'ਚ, ਔਰ ਉਸ ਤੋਂ ਬਾਅਦ ਜਵਾਬ ਦਿੰਦੇ ਨੇ। ਇਹ ਸੁਣਨਾ ਹੀ ਨਹੀਂ ਚਾਹੁੰਦੇ, ਸੱਚ ਸੁਣਨਗੇ ਤਾਂ ਇਹਨਾਂ ਨਕਾਬ ਉੱਤਰ ਜਾਂਦਾ ਇਹਨਾਂ ਦਾ, ਝੂਠ ਦਾ। ਕਹਿੰਦੇ ਵਿਪਕਸ਼ ਵਿਰੋਧੀ ਤਾਂ ਡਰਾਮੇ ਕਰਦੇ ਨੇ, ਇੱਕ ਨੇ ਬੱਤਰਾ ਥੀਏਟਰ 'ਚ ਜਾ ਕੇ ਡਰਾਮਾ ਕਰਤਾ ਹੈਗਾ, ਇੱਕ ਨੇ ਕਾਂਗਰਸ ਨੇ ਵਿਧਾਨ ਸਭਾ ਦੇ ਬਾਹਰ ਡਰਾਮਾ ਕਰਤਾ। ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਮਾਨ ਦੀ ਇਸ ਗੱਲ ਦਾ ਜਵਾਬ ਮੀਡੀਆ ਨੇ ਅੱਜ ਬੜਾ ਅੱਛਾ ਦਿੱਤਾ। ਤੁਸੀਂ ਇੰਗਲਿਸ਼ ਅਖਬਾਰ ਚੁੱਕ ਲਓ, ਜੋੜੀ ਮੇਰੀ ਗੱਲ ਸੁਣੋ, ਇੱਕ ਅਖਬਾਰ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਜਿਹੜੇ ਮੁੱਦੇ ਸਦਨ 'ਚ ਉੱਠਣੇ ਚਾਹੀਦੇ ਸੀ, ਜਨਤਾ ਨਾਲ ਜੁੜੇ ਉਹ ਸਾਰੇ ਮੁੱਦੇ ਬੀਜੇਪੀ ਨੇ ਉਠਾਏ ਨੇ। ਔਰ ਇਉਂ ਲੱਗ ਰਿਹਾ ਸੀ ਕਿ ਅਸਲੀ ਸੰਸਦ ਬਾਹਰ ਚੱਲ ਰਹੀ ਹੈ, ਅੰਦਰ ਜਿਹੜੀਆਂ ਨਕਲੀ ਸੰਸਦ ਹੈ। ਅਸੀਂ ਇਹਦੇ ਮੁੱਦਾ ਕੀ ਲਿਆਂਦਾ? ਅਸੀਂ ਕਿਸਾਨ ਦੇ ਬਾਰੇ ਗੱਲ ਕੀਤੀ, ਨਸ਼ਿਆਂ ਦੇ ਬਾਰੇ ਗੱਲ ਕੀਤੀ, ਭ੍ਰਿਸ਼ਟਾਚਾਰ ਜੋ ਹੋ ਰਿਹਾ ਉਹਦੇ ਬਾਰੇ ਗੱਲ ਕੀਤੀ, ਮੁਲਾਜ਼ਮਾਂ ਦੀ ਗੱਲ ਕੀਤੀ, ਇਹ ਆਪਣਾ ਇਲੀਗਲ ਲੀਗਲ ਮਾਈਨਿੰਗ ਦੀ ਗੱਲ ਕੀਤੀ, ਮਹਿਲਾਵਾਂ ਦੇ ਨਾਲ ਕੀਤੇ ਪ੍ਰੋਮਿਸਿਸ ਜਿਹੜੇ ਇਹਨਾਂ ਨੇ ਕੀਤੇ ਸੀ ਉਹਦੀ ਗੱਲ ਕੀਤੀ। ਅਸਲੀ ਮੁੱਦੇ ਤਾਂ ਇਹ ਹੈ ਕਿਸਾਨਾਂ ਦੀ ਫਸਲ ਜਿਹੜੀ ਖਰਾਬ ਹੋ ਗਈ ਉਹਦੇ 'ਤੇ ਵਿਸ਼ੇ ਲਿਆਂਦਾ। ਔਰ ਇਹ ਮੈਂ ਮੀਡੀਆ ਦਾ ਧੰਨਵਾਦੀ ਹਾਂ, ਮਾਣ ਦੇ ਬੋਲਣ ਨਾਲ ਕੁਛ ਨਹੀਂ ਹੋਣਾ, ਜਨਤਾ ਕੀ ਬੋਲਦੀ ਹੈ ਉਹ ਮਹੱਤਵਪੂਰਨ ਹੈ। ਔਰ ਜਨਤਾ ਨੇ 4 ਮਹੀਨੇ ਬਾਅਦ ਦੱਸਤਾ ਸੀ, ਜਨਤਾ ਨੇ ਇਹਨਾਂ ਨੂੰ ਨਕਾਰਤਾ ਸੀ, ਹੁਣ ਇਹ ਗੱਲ ਪਿਆ ਢੋਲ ਵਜਾਉਣਾ ਪੈਣਾ, ਇਹ ਬਣਵੇਂ ਹੈਗੇ ਆ ਉਹ ਸਾਨੂੰ ਵੀ ਪਤਾ, ਜਨਤਾ ਨੂੰ ਵੀ ਪਤਾ, ਅਤੇ ਕਿਹਨੂੰ ਦਿਖਾਉਣਾ ਚਾਹੁੰਦੇ ਨੇ? ਜਨਤਾ ਨੂੰ ਦਿਖਾਉਣਾ ਨਾ, ਜਨਤਾ ਨੇ ਇਹਨਾਂ ਨੂੰ ਦੱਸਤਾ ਸੰਗਰੂਰ 'ਚ ਕੀ ਤੁਹਾਡੇ ਬਾਰੇ ਆਹੀ ਕੀ ਸੋਚਦੇ, ਉਹਦੇ ਤੋਂ ਇਹਨਾਂ ਨੇ ਸਬਕ ਨਹੀਂ ਸਿੱਖਿਆ, ਇਹ ਹੋਰ ਹੰਕਾਰੀ ਹੋਏ। ਮੇਰਾ ਆਖਰੀ ਸਵਾਲ ਹੈ ਪ੍ਰਧਾਨ ਜੀ, ਤੁਸੀਂ ਕਹਿ ਰਹੇ ਕਿ ਗਵਰਨਰ ਸਾਹਿਬ ਨੂੰ ਇਹਨਾਂ ਧੋਖੇ 'ਚ ਰੱਖਿਆ ਗਿਆ ਕਿ ਕਿਹਾ ਕੁਛ ਅਤੇ ਕੀਤਾ ਕੁਛ, ਅਜਿਹੇ ਹਾਲਾਤਾਂ 'ਚ ਵਿਧਾਨਿਕ ਤੌਰ 'ਤੇ ਸੰਵਿਧਾਨਿਕ ਤੌਰ 'ਤੇ ਗਵਰਨਰ ਸਾਹਿਬ ਕੁਛ ਐਕਸ਼ਨ ਲੈ ਸਕਦੇ ਹੈਗੇ ਜੀ? ਨਹੀਂ, ਮੈਨੂੰ ਇਹਦਾ ਧਿਆਨ ਨਹੀਂ ਹੈ ਕਿ ਕੀ ਉਹਨਾਂ ਦਾ ਅਧਿਕਾਰ ਹੈ, ਇਹਦੇ ਬਾਰੇ ਉਹੀ ਦੱਸ ਸਕਦੇ ਆ। ਚਲੋ, ਬਹੁਤ ਬਹੁਤ ਸ਼ੁਕਰੀਆ। ਔਰ ਜਿੱਥੋਂ ਤੱਕ ਮਸਲਾ ਸਰਕਾਰ ਦਾ, ਸਰਕਾਰ ਕਹਿ ਰਹੀ ਕਿ ਸਾਡਾ ਕਾਨੂੰਨੀ ਤੌਰ 'ਤੇ ਹੱਕ ਸੀ, ਅਸੀਂ ਪੰਜਾਬ ਦੀ ਜਨਤਾ ਨੂੰ ਦੱਸਣਾ ਕਿ 92 ਵਿਧਾਇਕ ਸਾਡੇ ਨੇ, ਬੀਜੇਪੀ ਦਾ ਓਪਰੇਸ਼ਨ ਲੋਟਸ ਫੇਲ ਹੋ ਗਿਆ ਜਿਹਦੇ 'ਚ ਸਾਥ ਕਾਂਗਰਸ ਪਾਰਟੀ ਨੂੰ ਦਿੱਤਾ, ਪਰ ਕੁੱਲ ਮਿਲਾ ਕੇ ਜਿਸ ਤਰ੍ਹਾਂ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਕਿ ਕੀ ਜਿਹੜੇ ਮਸਲੇ ਸੀ ਉਹ ਵਿਧਾਨ ਸਭਾ 'ਚ ਉੱਠੇ, ਜਾਂ ਸਰਕਾਰ ਜਿਹੜਾ
रेजुलेशन लिया के अपने आप कह रही कि अभी कामयाब हो गए कि उस कामयाबी के नाल पंजाब नूं कोई फायदा होया सूबे की जनता भली भांत जानती है समा भी दस देगा इंतजार करना पड़ेगा पेगा। करमनदीप सिंह जगतार सिंह ABC पंजाब चंडीगढ़।